ਸਭ ਤੋਂ ਵੱਡਾ ਮੇਨ ਮੁੱਦਾ ਤਾਂ ਇਹ ਹੈ ਜੀ, ਪੰਜਾਬ ਦੇ ਵਿੱਚ ਜੋ ਨਸ਼ਾ ਅੱਜ ਕੱਲ੍ਹ ਚੱਲ ਰਿਹਾ, ਛੇਵਾਂ ਦਰਿਆ ਵਗ ਰਿਹਾ, ਇਹਦੇ ਵਿੱਚ ਜਿਹੜੇ ਅਸੀਂ ਮੁਲਾਜ਼ਮ ਆ ਇੱਕ ਪਹਿਲ ਦਰਜੇ ਦੇ ਸਿਪਾਹੀਆਂ ਵਾਂਗ ਕੰਮ ਕਰ ਰਹੇ ਹਾਂ। ਪਿਛਲੇ 10 ਸਾਲਾਂ ਤੋਂ ਸਰਕਾਰਾਂ ਆਈਆਂ, ਕਿਸੇ ਨੇ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਭਗਵੰਤ ਮਾਨ ਸਰਕਾਰ 'ਤੇ ਸਾਨੂੰ ਆਸ ਸੀ ਕਿ ਇਹ ਕੁਛ ਕਰਨਗੇ, ਜਿਹੜੀ ਕਿ ਬੁੱਝਦੀ ਨਜ਼ਰ ਆ ਰਹੀ ਆ, ਕਿਉਂਕਿ ਪਿਛਲੇ 10 ਸਾਲਾਂ ਤੋਂ ਮੁਲਾਜ਼ਮ ਜਿਹੜੇ ਅਸੀਂ ਭਰਤੀ ਹੋਏ ਸੀ ਪੂਰਨ ਤਰੀਕੇ ਦੇ ਨਾਲ, ਪਾਰਦਰਸ਼ੀ ਤਰੀਕੇ ਦੇ ਨਾਲ, ਜਨਤਕ ਨਿਯੁਕਤੀਆਂ ਦੁਆਰਾ ਜੋ ਸਰਕਾਰ ਦੀ ਗਾਈਡਲਾਈਨਸ ਹੈ ਉਹਦੇ ਤਹਿਤ ਅਸੀਂ ਭਰਤੀ ਹੋਏ ਸੀਗੇ, ਅਤੇ ਸਰਕਾਰ ਸਾਡਾ ਸ਼ੋਸ਼ਣ ਕਰ ਰਹੀ ਹੈ। ਬਹੁਤ ਹੀ ਘੱਟ ਤਨਖਾਹ 'ਤੇ ਜਿਹੜੇ ਸਿਹਤ ਕਰਮਚਾਰੀ ਨੇ ਕੰਮ ਕਰ ਰਹੇ ਨੇ, ਇਸ ਦੇ ਰੋਸ ਵਜੋਂ ਅਸੀਂ ਪਿਛਲੇ 2 ਸਾਲਾਂ ਤੋਂ ਸਾਡੀ ਜਿਹੜੀ ਮੀਟਿੰਗਸ ਨੇ ਸਿਹਤ ਮੰਤਰੀ ਨਾਲ, ਡਾਕਟਰ ਬਲਵੀਰ ਨਾਲ, ਡਾਕਟਰ ਗੁਰਪ੍ਰੀਤ ਕੌਰ ਅਤੇ ਆਪਣਾ ਚੇਤਨ ਸਿੰਘ ਜੋੜਾ ਮਾਜਰਾ ਜੀ ਨਾਲ, ਇਹਨਾਂ ਨਾਲ ਸਾਡੀਆਂ 20 ਤੋਂ ਵੱਧ ਮੀਟਿੰਗਸ ਹੋ ਗਈਆਂ ਨੇ ਜੋ ਬੇਸਿੱਟਾਂ ਰਹੀਆਂ ਹਨ। ਜਿਵੇਂ ਪਿਛਲੀ ਸਰਕਾਰ ਲਾਰੇ ਲਾਉਂਦੀ ਸੀਗੀ, ਇਸ ਮੌਜੂਦਾ ਸਰਕਾਰ ਵੀ ਉਹ ਲਾਰਿਆਂ ਦੇ ਉੱਤੇ ਉੱਤਰ ਆਈ ਆ, ਅਤੇ 2 ਸਾਲਾਂ ਦੇ ਵਿੱਚ 20 ਮੀਟਿੰਗਾਂ ਹੋਣ ਦੇ ਬਾਵਜੂਦ ਵੀ ਜਿਹੜੇ ਮੁਲਾਜ਼ਮਾਂ ਦੇ ਇੱਕ ਬਣਦੇ ਹੱਕ ਨੇ ਉਹਨਾਂ ਨੂੰ ਨਹੀਂ ਦਿੱਤੇ ਗਏ ਹੈਗੇ। ਅਸੀਂ ਸਰਕਾਰ ਨੂੰ ਕਈ ਵਾਰ ਮੰਗ ਪੱਤਰ ਦਿੱਤੇ ਨੇ, ਕਈ ਮੀਟਿੰਗਸ ਹੋਣ ਦੇ ਬਾਵਜੂਦ ਵੀ ਸਰਕਾਰ ਭਰੋਸਾ ਦੇ ਦਿੰਦੀ ਆ, ਪਰ ਆਫਟਰ ਆਲ ਉਹੀ ਕਿ ਵੀ ਨੋਟੀਫਿਕੇਸ਼ਨ ਕੋਈ ਜਾਰੀ ਨਹੀਂ ਕਰਦੀ। ਇਸ ਦੇ ਰੋਸ ਵਜੋਂ ਜਿਹੜਾ ਇੱਕ ਸਾਡੀ ਸੂਬਾ ਪੱਧਰੀ ਮੀਟਿੰਗ ਹੋਈ ਸੀ ਉਹਦੇ 'ਚ ਅਸੀਂ ਇਹ ਫੈਸਲਾ ਲਿਆ ਕਿ ਆਉਣ ਵਾਲੀ 5 ਤਰੀਕ ਨੂੰ ਪੰਜਾਬ ਦੇ ਜਿੰਨੇ ਵੀ ਨਸ਼ਾ ਮੁਕਤੀ ਕੇਂਦਰ ਨੇ ਅਤੇ ਓਟ ਕਲੀਨਿਕਸ ਨੇ ਇਹ ਪੂਰਨ ਤੌਰ 'ਤੇ ਬੰਦ ਹੋਣਗੇ। ਇਹਨਾਂ ਦੀ ਇੰਟੀਮੇਸ਼ਨ ਅਸੀਂ DC ਸਾਹਿਬਾਨ ਦੇ ਥਰੂ ਜਲੰਧਰ DC ਨੂੰ ਭੇਜਤੀ ਆ, ਅਤੇ ਚੰਡੀਗੜ੍ਹ ਹੋਮ ਬ੍ਰਾਂਚ ਭੇਜਤੀ ਹੈ, ਅਤੇ ਹੈਲਥ ਡਿਪਾਰਟਮੈਂਟ ਭੇਜਦੇ ਕਿ ਇਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਹੋਏਗੀ ਜੇ ਕਿਸੇ ਵੀ ਮਰੀਜ਼ ਨੂੰ ਕੋਈ ਜਾਨੀ ਮਾਨੀ ਨੁਕਸਾਨ ਹੁੰਦਾ ਜੀ। ਪੰਜਾਬ 'ਚ ਕਿੰਨੇ ਕੁ ਮਰੀਜ਼ ਤੁਹਾਡੇ ਕੋਲ ਆਉਂਦੇ ਆ ਜਿਹੜੇ ਮਤਲਬ ਅਵਾਰਡ ਰੇਸੋ ਤੁਹਾਡੇ ਕੋਲ ਹੋਣੀ? 528 ਓਟ ਕਲੀਨਿਕਸ ਨੇ ਜੀ, ਹਰੇਕ ਜ਼ਿਲ੍ਹੇ ਦੇ ਵਿੱਚ। ਪਟਿਆਲੇ ਜ਼ਿਲ੍ਹੇ ਦੀ ਗੱਲ ਕਰ ਲਈਏ ਤਾਂ 32 ਓਟ ਕਲੀਨਿਕ ਨੇ, ਅਤੇ ਇਹਨਾਂ ਦੇ ਵਿੱਚ ਤਕਰੀਬਨ 2.5 ਤੋਂ 3 ਲੱਖ ਮਰੀਜ਼ ਹੈ ਜਿਹੜਾ ਸਰਕਾਰੀ ਦਵਾਈ ਲੈਣ ਡੇਲੀ ਆਉਂਦਾ, ਅਤੇ ਪ੍ਰਾਈਵੇਟ ਓਟ ਕਲੀਨਿਕਸ ਨੇ ਜਿਹੜੇ ਉਹ ਉਹਨਾਂ ਦੇ ਵਿੱਚ ਵੀ 2.5 ਲੱਖ, ਤਕਰੀਬਨ 5 ਤੋਂ 7 ਲੱਖ ਬੰਦਾ ਜਿਹੜਾ ਹੈਗਾ ਰੋਜ਼ਾਨਾ ਪੰਜਾਬ ਦੇ ਵਿੱਚ ਦਵਾਈ ਲੈਂਦਾ ਜੀ। ਇਸ ਪੂਰੇ ਪੰਜਾਬ 'ਚ ਹੜਤਾਲ 5 ਜੂਨ ਦੀ, 5 ਜੁਲਾਈ ਦੀ ਫਾਈਨਲ, 5 ਜੁਲਾਈ ਦੀ ਹਾਂਜੀ ਹੜਤਾਲ ਫਾਈਨਲ ਹੈ। ਨਸ਼ਾ ਮੁਕਤੀ ਕੇਂਦਰ ਬੰਦ ਰਹਿਣਗੇ, ਅਤੇ 6 ਤਰੀਕ ਨੂੰ ਹਾਂਜੀ ਪ੍ਰਦਰਸ਼ਨ ਆ ਜਿਹੜਾ ਰੈਲੀ ਹੈ ਉਹ ਅਸੀਂ ਜਲੰਧਰ ਵਿਖੇ ਭਗਵੰਤ ਮਾਨ ਦੇ ਮੂਹਰੇ ਕਰਨ ਜਾ ਰਹੇ ਹਾਂ।